ਖੇਤਾਂ ਵਾਂਗੂ ਪਾਲੀ ਫਸਲ ਤੇ ਕਦੀ ਮੀਂਹ ਕਦੀ ਹਨੇਰੀਆਂ ਝੱਖੜ ਕਹਿਰ ਟਾਉਂਦੇ ਰਹਿੰਦੇ ਹਨ। ਪਰ ਇਹਨਾਂ ਕੁਦਰਤੀ ਆਫਤਾਂ ਸਾਹਮਣੇ ਬੇਵਸ ਇੱਕ ਕਿਸਾਨ ਦੇ ਦਰਦ ਨੂੰ ਉਸ ਸਮੇਂ ਪੱਤਰਕਾਰਾਂ ਦੇ ਸਾਹਮਣੇ ਫੁੱਟ ਪਏ ਜਦੋਂ ਚੱਕ ਵਧਾਈ ਪਿੰਡ ਦੇ ਅੰਮ੍ਰਿਤਸਰੀ ਕਿਸਾਨ ਪਿੱਪਲ ਨੇ ਆਪਣੀ ਪੱਕ ਕੇ ਤਿਆਰ ਖੜੀ ਸੁਨਹਿਰੀ ਕਣਕ ਦੇ ਨਾਲ ਖੈਂਦਿਆਂ ਬਿਜਲੀ ਦੀਆਂ ਤਾਰਾਂ ਦਿਖਾਈਆਂ। ਨੀਵੀਆਂ ਤਾਰਾਂ ਦਾ ਸੰਤਾਪ ਭੋਗ ਰਹੇ ਕਿਸਾਨ ਨੇ ਇਸ ਨੂੰ ਪਾਵਰਕਾਮ ਦੀ ਲਾਪਰਵਾਹੀ ਐਲਾਨਦਿਆਂ ਆਖਿਆ ਕਿ ਜੇਕਰ ਉਸਦੀ ਫਸਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਜ਼ਿੰਮੇਵਾਰ ਪਾਵਰਕਾਮ ਹੋਵੇਗਾ, ਕਿਉਂਕਿ ਪਾਵਰਕਾਮ ਨੇ ਅਜਿਹੇ ਸਥਾਨ ਤੇ ਸਿੰਚਾਈ ਮੋਟਰ ਮਨਜ਼ੂਰ ਕੀਤੀ ਜਿੱਥੇ ਸਿੰਚਾਈ ਬੋਰ ਨਹੀਂ ਹੈ ਅਤੇ ਨਾਲ ਹੀ ਖੇਤ ਤੇ ਪਾਣੀ ਵਾਲੀ ਮੋਟਰ ਬੇਨਿਯਮਾਂ ਵਰਤਦੇ ਹੋਏ ਹੋਰ ਸਥਾਨ ਲਗਾਈ, ਜਿਸ ਸੰਬੰਧੀ ਅਧਿਕਾਰੀਆਂ ਨੂੰ ਲਿਖਤੀ ਬੇਨਤੀ ਕਰਨ ਦੇ ਬਾਵਜੂਦ ਵੀ ਉਸਦੀ ਸੁਣਵਾਈ ਨਹੀਂ ਹੋਈ। ਉਧਰ ਪਾਵਰਕਾਮ ਦੇ SDO ਮਨਦੀਪ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਉਹ ਮੌਕਾ ਦੇਖ ਚੁੱਕੇ ਹਨ ਅਤੇ ਜਲਦ ਹੀ ਬਣਦੀ ਕਾਰਵਾਈ ਕਰਨਗੇ। ਇਹਨਾਂ ਨੇ ਮਨਜ਼ੂਰੀ ਦਾ ਉੱਥੋਂ ਦੀ ਹੈ, ਉੱਥੇ ਇਹਨਾਂ ਨੇ ਐਸਟੀਮੇਟ ਬਣਾਇਆ ਹੈ ਤੇ ਨਜਾਇਜ਼ ਲਾ ਕੇ ਇੱਧਰ ਲਵਾ ਦਿੱਤਾ। ਪਿੱਛੇ ਚਿੰਗਾੜੇ ਡਿੱਗਦੇ ਆ ਜਾਂ ਸ਼ਾਰਟ ਹੁੰਦੀ ਹੈ, ਇੱਥੇ ਕੋਈ ਨੁਕਸਾਨ ਜਾਨੀ ਮਾਲੀ ਕੋਈ ਜ਼ਮੀਨ ਦਾ ਮੇਰੀ ਕਣਕ ਦਾ ਨੁਕਸਾਨ ਹੁੰਦਾ, ਉਹਦਾ ਜ਼ਿੰਮੇਵਾਰ ਬਿਜਲੀ ਮਹਿਕਮਾ ਹੀ ਹੋਵੇਗਾ। ਤੁਸੀਂ ਕਦੇ ਸ਼ਿਕਾਇਤ ਕੀਤੀ ਜੀ ਬਿਜਲੀ ਮਹਿਕਮੇ ਨੂੰ? SDO ਆਇਆ ਸੀ, ਆਹਨਾਂ ਜੀ ਉੱਚੀਆਂ ਕਰ ਸਕਦੇ ਆ, ਇਹਨਾਂ ਨੂੰ ਬਦਲ ਨਹੀਂ ਸਕਦੇ। ਉੱਚੀਆਂ ਕਰ ਦਿੱਤੀਆਂ ਜੀ ਫਿਰ ਉਹਨਾਂ? ਨਹੀਂ ਕੀਤੀਆਂ ਜੀ। ਪਿੰਡ ਚੱਕ ਵਧਾਈਆਂ ਦੇ ਵਿੱਚ ਨੀਵੀਆਂ ਤਾਰਾਂ ਦਾ ਮਾਮਲਾ, ਉਸ ਸੰਬੰਧੀ ਤੁਹਾਡਾ ਪੱਖ ਜਾਣਨਾ ਚਾਹੁੰਦੇ ਸੀ, ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਕੱਲ੍ਹ ਮੌਕਾ ਚੈੱਕ ਕਰਕੇ ਆਇਆ, ਜਿਹੜੇ ਖਪਤਕਾਰ ਆ ਪਿੱਪਲ ਸਿੰਘ ਨੇ ਸ਼ਿਕਾਇਤ ਕੀਤੀ ਆ ਵੀ ਉਹ ਜਿਹੜੀਆਂ ਲਾਈਨ ਜਿਹੜੀ ਗਲਤ ਕੱਢੀ ਹੈ। ਠੀਕ ਆ, ਉਸ ਸੰਬੰਧੀ ਮੈਂ ਜਿਹੜਾ ਪੱਤਨ ਵਾਲੇ ਕੱਲ੍ਹ ਗਿਆ ਸੀਗਾ ਰਿਕਾਰਡ ਕੱਢਣ ਵਾਸਤੇ, ਐਡੀਸੀ ਆ ਸਾਡੇ ਜਿਹੜੇ, ਉਹਨਾਂ ਨੂੰ ਕਿਹਾ ਆ ਮੈਂ ਕਿ ਰਿਕਾਰਡ ਅੱਜ ਕੱਢਣਗੇ ਫਿਰ ਦੇਖ ਲਾਂਗੇ ਵੀ ਲਾਈਨ ਗਲਤ ਕੱਢੀ ਹੈ ਕਿ ਸਹੀ ਕੱਢੀ ਹੈ। ਜੇ ਤਾਂ ਲਾਈਨ ਸਹੀ ਕੱਢੀ ਹੈ ਤਾਂ ਉਹਦੇ 'ਚ ਐਡੀਸ਼ਨਲ ਕੋਲ ਲੱਗ ਜੂਗਾ, ਜੇ ਗਲਤ ਕੱਢੀ ਹੈ ਜੋ ਵੀ ਮਾਮਲਾ ਜਿਹੜਾ ਜਾਂਚ ਕਰਕੇ ਜੋ ਸਾਡੇ ਸਾਹਮਣੇ ਜਿਹੜੀ ਵੀ ਰਿਪੋਰਟ ਬਣੂਗੀ ਉਹ ਸੰਬੰਧੀ ਅਸੀਂ ਕਾਰਵਾਈ ਕਰਾਂਗੇ ਜਿਹੜੀ ਬਣ। ਥੈਂਕ ਯੂ। ਸੋਨੀ ਟੱਲਾ, ਦਿਵਿਆ ਪੰਜਾਬ TV, ਗਿੱਦੜਬਾਹਾ।